ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਮੌਜੂਦ ਨੇ। ਉਗਰਾਹਾਂ ਸਾਹਿਬ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੀਟਿੰਗ ਸੱਦੀ ਹੈ, ਉਗਰਾਹਾਂ ਵਾਲੀ ਜਥੇਬੰਦੀ ਉੱਥੇ ਪਹੁੰਚ ਨਹੀਂ ਰਹੀ, ਕੀ ਕਹਿਣਾ ਤੁਹਾਨੂੰ? ਅਮਿਤ ਸ਼ਾਹ ਨੇ ਪਹਿਲਾਂ ਵੀ ਸਾਨੂੰ ਕੱਲਿਆਂ ਨੂੰ ਬੁਲਾਇਆ ਸੀਗਾ ਰਸਮੀ ਮੀਟਿੰਗ ਵਾਸਤੇ। ਅਸੀਂ ਜਵਾਬ ਦਿੱਤਾ ਸੀ ਵੀ ਜਿੰਨਾ ਚਿਰ ਦੁਨੀਆਂ ਜਥੇਬੰਦੀਆਂ ਸਾਰੀਆਂ ਨੇ ਸਹਿਮਤ ਹੁੰਦੀਆਂ, ਗੈਰ ਰਸਮੀ ਮੀਟਿੰਗ ਦੇ ਵਿੱਚ ਅਸੀਂ ਨਹੀਂ ਜਾਂਦੇ, ਕੱਲੇ ਨਹੀਂ ਜਾਂਦੇ। ਹੁਣ ਸੱਦਾ ਉਧਰਲੇ ਪਾਸਿਓਂ ਆਇਆ, ਮਤਲਬ ਉਹਨਾਂ ਨੂੰ ਸੱਦਾ ਆਇਆ। ਉਹਨਾਂ ਨੇ ਕਿਵੇਂ ਪ੍ਰਵਾਨ ਕੀਤਾ ਸਾਨੂੰ ਨਹੀਂ ਪਤਾ, ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ, ਅਸੀਂ ਨਹੀਂ ਗਏ। ਮੌਜੂਦਾ ਸਮੇਂ ਦੇ ਵਿੱਚ ਕੇਂਦਰ ਸਰਕਾਰ ਦੀ ਨੀਯਤ ਨੂੰ ਕਿੱਦਾਂ ਦੇਖ ਰਹੇ ਹੋ? ਕੱਲ ਨੂੰ ਜਿਹੜੀ ਮੀਟਿੰਗ ਇਤਿਹਾਸਕ ਸ਼ਾਇਦ ਹੋ ਸਕਦਾ ਹੈ, ਹਰ ਵਾਰ ਇਤਿਹਾਸਕ ਕਹਿ ਦਿੱਤਾ ਜਾਂਦਾ ਹੈ। ਤੁਸੀਂ ਮੀਡੀਆ ਵਾਲੇ ਹੋ, ਜੀ ਰੋਜ਼ ਹੀ ਗੱਲਬਾਤਾਂ ਨਹੀਂ ਸੁਣਦੇ ਹੋ, ਸਾਡੀਆਂ ਗੱਲਾਂ ਵਿੱਚ ਬੈਠਦੇ ਹੋ, ਬਿਲਕੁਲ। ਤੇ ਸਾਡਾ ਜ਼ਿੰਦਗੀ ਦਾ ਤਜਰਬਾ ਇਹ ਕਹਿੰਦਾ ਹੈ ਸਰਕਾਰ ਨਿਬੇੜਨ ਨਾਲੋਂ ਜ਼ਿਆਦਾ ਕਹਾਲ ਹੈ, ਵੀ ਪਾੜਨ ਚ ਜ਼ਿਆਦਾ ਉਹਦੀ ਰੁਚੀ ਹੈ। ਜੀ ਵੀ ਇਹਨਾਂ ਨੂੰ ਟੋਹ ਕੇ ਦੇਖੋ, ਜੀ ਇਹਨਾਂ ਨੂੰ ਪਾੜ ਕੇ ਦੇਖੋ। ਕਿਸੇ ਵੀ ਜਥੇਬੰਦੀ ਦੀ ਜ਼ਰੂਰਤ ਨਹੀਂ ਹੈ ਵੀ ਉਹ ਆਪਦੀ ਮਰਜ਼ੀ ਨਾਲ ਫੈਸਲਾ ਕਰਕੇ ਕੋਈ ਸਰਕਾਰ ਨਾਲ ਸਮਝੌਤਾ ਕਰ ਲੇ। ਸਾਨੂੰ ਸਾਫ਼ ਦੱਸਦਿਆਂ, ਜੀ ਬਿਲਕੁਲ, ਅਸੀਂ ਮੀਟਿੰਗ ਚ ਨਹੀਂ ਹਾਂ। ਕੋਈ ਜਥੇਬੰਦੀ ਆਪਣੀ ਮਰਜ਼ੀ ਨਾਲ ਫੈਸਲਾ ਕਰਕੇ ਸ਼ਾਹ ਨਾਲ ਆ ਜਾਵੇ ਤੇ ਉਹ ਸਿਰੇ ਚੜ ਜਾਵੇ, ਬਿਲਕੁਲ, ਇਹ ਕਿਸੇ ਸ਼ਰਤ ਤੇ ਮਨਜ਼ੂਰ ਨਹੀਂ। ਜੀ ਉਗਰਾਹ ਸਾਹਿਬ, ਜਿਸ ਤਰੀਕੇ ਨਾਲ ਘੇਰਾਬੰਦੀ ਜਿਹੜੀ ਕਹਿੰਦੇ ਇੱਥੇ ਵਧਾ ਦਿੱਤੀ ਗਈ ਹੈ ਦਿੱਲੀ ਦੇ ਵਿੱਚ, ਉਹਨੂੰ ਕਿੱਦਾਂ ਦੇਖਦੇ ਹੋ? ਬੰਬ ਲੈ ਆਉਣ ਜਹਾਜ਼ ਨੇ, ਜੀ ਬੰਬ ਨੇ ਇਹਨਾਂ ਕੋਲੇ, ਬੰਦੂਕਾਂ ਨੇ, ਅਦਾਲਤਾਂ ਨੇ, ਕੋਰਟਾਂ ਨੇ, ਸਭ ਕੁਛ ਇਹਨਾਂ ਕੋਲੇ ਆ। ਘੇਰਾਬੰਦੀ ਤਾਂ ਉਹਨਾਂ ਦੀ ਕੀਤੀ ਜਾਂਦੀ ਹੈ ਜਿਹੜਾ ਦੁਸ਼ਮਣ ਹੋਵੇ, ਜਨਤਾ ਦੀ ਹੈ। ਜਮਹੂਰੀ ਰਾਜ ਦੇ ਵਿੱਚ ਜਨਤਾ ਦੀ ਘੇਰਾਬੰਦੀ, ਇੱਕ ਗਰੀਬ ਜਨਤਾ ਜਿਹੜੀ ਸੜਕਾਂ ਦੇ ਨੰਗੇ ਧੜ ਲੜ ਰਹੀ ਹੈ, ਸੰਘਰਸ਼ ਕਰ ਰਹੀ ਹੈ ਜਮਹੂਰੀ ਰਾਜ ਦੇ ਵਿੱਚ, ਉਹਦੀ ਘੇਰਾਬੰਦੀ ਕਰਨੀ ਕਿਸ ਤਰ੍ਹਾਂ ਦੀ ਗੱਲ ਹੁੰਦੀ ਹੈ? ਆਪਣਾ ਬਿਲਕੁਲ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ ਵੀ ਇੱਕ ਇੱਕ ਸਰਕਾਰ ਆਪਦੇ ਲੋਕਾਂ ਦੀ ਘੇਰਾਬੰਦੀ ਕਰਕੇ ਕੋਈ ਉਹਨਾਂ ਤੇ ਹਮਲਾ ਕਰਨ ਦੀ ਤਿਆਰੀ ਕਰੇ? ਕੋਈ ਦੁਸ਼ਮਣ ਨੇ ਜਿਹੜੇ ਸੜਕਾਂ ਤੇ ਬੈਠੇ ਨੇ? ਬਿਲਕੁਲ, ਅਖੀਰ ਚ ਦੱਸਿਓ ਕਿ ਕਿਤੇ ਨਾ ਕਿਤੇ ਚਰਚਾ ਹੈ ਕਿ ਸ਼ਾਇਦ ਇੱਕ ਅੱਧਾ ਕਾਨੂੰਨ ਰੱਦ ਕਰ ਦੇਣ, ਨਾਲੇ ਘੇਰਾਬੰਦੀ ਨਾਲੇ ਕਾਨੂੰਨ ਰੱਦ ਕਰਨ। ਇਹ ਗੱਲ ਕਿੱਧਰ ਦੀ ਗੱਲ ਹੈ ਜੀ, ਵੀ ਇੱਕ ਅੱਧਾ ਕਾਨੂੰਨ ਰੱਦ ਕਰ ਦੇਣ, ਇੱਕ ਅੱਧਾ ਰੱਖ ਲੈਣ। ਜੇ ਹੁਣ ਗਲਿਆ ਪਿਆ ਹੋਵੇ ਸੇਬ ਕਿਸੇ ਰੇਹੜੀ ਤੇ, ਜੀ ਤੁਸੀਂ ਲੈਣ ਜਾਓ, ਤੁਹਾਡੇ ਹੱਥ ਲੱਗ ਜੇ ਵੀ ਸੇਬ ਦਾ ਯਾਰ ਕੁਛ ਨਾ ਹਿੱਸਾ ਗਲਿਆ ਹੈ, ਜੀ ਤੁਸੀਂ ਕੱਢ ਕੇ ਪਰਾਂ ਮੰਗੋਗੇ ਬਈ ਮੈਂ ਲੈਂਦਾ? ਬਿਲਕੁਲ, ਤੇ ਜੇ ਰੇਹੜੀ ਵਾਲਾ ਕਹੇ ਯਾਰ ਗਲਿਆ ਗਲਿਆ ਕੱਢ ਕੇ ਸਾਫ਼ ਸਾਫ਼ ਤਾਂ ਲੈ ਜਾਓ, ਤਾਂ ਨੀ ਕੁਛ ਵਿਗੜਿਆ, ਕੀ ਪੋਜੀਸ਼ਨ ਹੋਊ ਤੁਹਾਡੀ ਉਦੋਂ? ਐ ਕਹੋਗੇ ਮੈਂ ਲੈਂਦਾ? ਬਿਲਕੁਲ, ਇੱਕ ਕਾਨੂੰਨ ਖਰਾਬ ਹੈ, ਦੋ ਕਾਨੂੰਨ ਖਰਾਬ ਨੇ, ਅਮੈਂਡਮੈਂਟਾਂ ਕਰ ਦਿੰਦੇ, ਸੁਧਾਰ ਕਰ ਦਿੰਦੇ, ਰੱਦ ਕਾਹਤੋਂ ਨੀ ਕਰਦੇ ਬਾਈ? ਬਿਲਕੁਲ, ਇਹੀ ਪੋਜੀਸ਼ਨ ਸਾਡੀ ਜੀ, ਇਹ ਤੋਂ ਹੋਰੇ ਕੋਈ ਸਮਝੌਤਾ ਨਹੀਂ ਜੀ। ਜੋ ਮਰਜ਼ੀ ਸਰਕਾਰ ਕਰ ਲਵੇ, ਤੁਹਾਡੇ ਵਿੱਚ ਦੀ ਕਹਿੰਦੇ ਆ ਜੀ, ਸਰਕਾਰ ਨੂੰ ਸੁਨੇਹਾ ਦਿੰਦੇ ਆ, ਜੋ ਮਰਜ਼ੀ ਕਰ ਲੈ, ਇਹ ਤੋਂ ਹੇਠਾਂ ਕੋਈ ਸਮਝੌਤਾ ਨਹੀਂ ਜੀ, ਡਾਂਗਾ ਮਾਰ ਕੇ ਭੇਜ ਦੇ ਚਾਹੇ ਕਾਨੂੰਨ ਵਾਪਸ ਕਰ ਲੈ, ਜੀ ਇਦੋਂ ਹੇਠਾਂ ਸਮਝੌਤਾ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸਾਫ਼ ਸ਼ੁਕਰੀਆ ਉਗਰਾਹਾਂ ਸਾਹਿਬ, ਧੰਨਵਾਦ। ਮੇਰੇ ਨਾਲ ਇਸ ਵੇਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੋਈ ਮੌਜੂਦ ਨੇ। ਝੰਡਾ ਸਿੰਘ ਜੀ, ਤੁਹਾਡਾ ਸਵਾਗਤ ਹੈ ਲੋਕਰਨ ਤੇ। ਹੋਰ ਜੀ, ਧੰਨਵਾਦ ਜੀ ਤੁਹਾਡਾ ਵੀ ਸਾਰਾ। ਜੀ ਝੰਡਾ ਸਿੰਘ ਜੀ, ਤੁਸੀਂ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਕਿਉਂ ਨਹੀਂ ਜਾ ਰਹੇ? ਜੇ ਸੱਦਾ ਪੱਤਰ ਨਹੀਂ ਵੀ ਦਿੱਤਾ ਤਾਂ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਜਾ ਰਹੀਆਂ ਹੈ। ਦੇਖੋ, ਜਿਹੜੀ ਗੱਲ ਹੈਗੀ ਆ, ਜਿਹੜਾ ਮਸਲਾ ਹੈਗਾ ਕਾਨੂੰਨਾਂ ਨੂੰ ਵਾਪਸ ਕਰਾਉਣ ਦਾ, ਇਹ ਤਾਂ ਸਾਰੀਆਂ ਜਥੇਬੰਦੀਆਂ ਖੜੀਆਂ ਹੈ, ਉਹਨਾਂ ਨੂੰ ਇਹਦੇ ਬਾਵਜੂਦ ਇਹ ਗੱਲ ਜੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਉਹ, ਕਿ ਕਿੰਨੀਆਂ ਕੁ ਜਥੇਬੰਦੀਆਂ ਪੋਲੀਆਂ ਹੋਣੀਆਂ, ਕੀ ਹੋਊਗਾ, ਤੇ ਜੇ ਕੋਈ ਵੀ ਜਥੇਬੰਦੀ ਪੋਲ ਕਰਕੇ ਕੋਈ ਰਾਹ ਦੇਵੇ ਉਹਨਾਂ ਨੂੰ, ਇਹ ਥੱਲੇ ਲਾਗੂ ਨੀ ਹੁੰਦਾ ਜੋ ਮਾਹੌਲ ਹੈ ਇਸ ਮੌਕੇ। ਜਿੰਨੇ ਲੋਕ ਆਏ ਹੋਏ ਆ, ਜਿੰਨੇ ਨੌਜਵਾਨ ਆਏ ਹੋਏ ਆ, ਕੋਈ ਵੀ ਜਥੇਬੰਦੀ ਆਪਦੇ ਜਿਹੜੇ ਨਾਲ ਲੈ ਕੇ ਉਹਨਾਂ ਨੂੰ ਵੀ ਕੈਰੀ ਕਰਨ ਦੀ ਹਾਲਤ ਨੀ, ਦੂਜਿਆਂ ਨੂੰ ਤਾਂ ਹੋਣਾ ਕੀ ਹੈ ਜੀ? ਹਾਂਜੀ ਬਿਲਕੁਲ ਬਿਲਕੁਲ। ਤੇ ਹਾਂ, ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਸੀ ਇਹ, ਦੇਖੋ ਉਹਨਾਂ ਦਾ ਜ਼ੋਰ ਸੀ ਸੋਧਾਂ ਤੇ, ਉਹਦੇ ਜਵਾਬ ਦਿੱਤਾ ਮੋੜ ਧਾਰਿਆ, ਹਾਂ ਜਾਂ ਨਾ ਜਵਾਬ ਦਿਓ, ਉਹ ਗੱਲਾਂ ਅੰਦਰ ਚੱਲੇ, ਇੱਕ ਪੱਧਰ ਦਾ ਅੰਦੋਲਨ ਅੰਦਰ ਹੀ ਚੱਲਿਆ ਮੀਟਿੰਗ ਚ ਜੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਅਸੀਂ ਸੋਚ ਵਿਚਾਰ ਕਰਦੇ ਹਾਂ, ਸਾਡੇ ਬਸ ਨੀ ਹੈਗਾ, ਜਿਹੜੇ ਖੇਤੀਬਾੜੀ ਮੰਤਰੀ ਹੈ ਤੋਮਰ, ਤੇ 9 ਤਰੀਕ ਦਾ ਸਾਨੂੰ ਕੱਲ ਦਾ ਸੱਦਾ ਮਿਲਿਆ ਵਿਆ ਜੀ,
हाँ जे सन च कोई ऐ कर रहे है ओ तां जिवें जो ही रहा भी शायद कोई इधर उरे उरे हो जाए, क्योंकि इधरों जे कोई भी हो और पूर्ण तौर ते कानून वापस नहीं होंदे सोदा जिन्नी मर्जी हो जाना। सिंपल कारपोरेटा दे लई जिहड़ी प्राइवेट मंडियां है ओहदा राह खुला रह गया, बिलकुल जिहनूं खुला राह रहेगा फिर चौड़ा तो जिदों मर्जी फिर कर लैणगे। बिलकुल बिलकुल। हाँ जी अच्छा एक चर्चा ये भी चल रही है कि हो सकता है कि एक कानून रद्द हो जाए, अफवाहां ने इस दी फिलहाल। ਵੇਖੋ ਜਿਹੜੀ ਇਧਰੋਂ ਹੈਗੀ ਆ ਉਹਦਾ ਤਿੰਨੇ ਕਾਨੂੰਨ ਰੱਦ ਕਰਾਉਣ ਦੀ ਹੈ, ਬਿਜਲੀ ਜਿਹੜਾ ਸੋਧ ਬਿੱਲ ਲਿਆਏ ਆ ਉਹਨੂੰ ਵਾਪਸ ਕਰਾਉਣ ਦੀ ਹੈ, ਪਰਾਲੀ ਵਾਲਾ ਜਿਹੜਾ 1 ਕਰੋੜ ਰੁਪਇਆ ਇਹਨਾਂ ਨੇ ਜੁਰਮਾਨਾ ਕਰਤਾ ਵੀ ਜੇ ਕੋਈ ਲਾਊਗਾ। ਹੁਣ ਪੰਜਾਬ ਦੇ ਵਿੱਚ 85% ਜਿਹੜੇ ਕਿਸਾਨ ਉਹਨਾਂ ਦੇ ਕੋਲ 5 ਏਕੜ ਤੋਂ ਥੱਲੇ ਥੱਲੇ ਜ਼ਮੀਨ ਹੈ, 5 ਏਕੜ ਦਾ ਵੇਚ ਕੇ ਵੀ ਨੀ 1 ਕਰੋੜ ਰੁਪਇਆ ਬਣਦਾ। ਬਿਲਕੁਲ। ਹਾਂ ਕਿਵੇਂ ਭਰਨਗੇ ਤੇ ਪਹਿਲਾਂ ਉਹ ਕਰਜ਼ੇ ਦੇ ਮਾਰ ਥੱਲੇ ਪਹਿਲਾਂ ਹੈਗੇ ਆ, ਖੁਦਕੁਸ਼ੀਆਂ ਕਰੀ ਜਾਂਦੇ ਆ। ਜਾਣੀ ਜਦੋਂ ਕੋਈ ਫੈਸਲਾ ਕਰਨਾ ਵੀ ਇਹ ਕੋਈ ਥੱਲੇ ਭਾਰ ਚੱਕਣ ਯੋਗ ਹੈਗਾ ਕਿ ਨਾ ਹੈਗਾ, ਕਹਿੰਦੀ ਉਹਦਾ ਵੀ ਕੋਈ ਧਿਆਨ ਨੀ, ਮਾਰਨ ਤੇ ਆਏ ਹੋਏ ਜੇ ਐ ਕਹਿਣਾ ਹੋਵੇ ਤਾਂ। ਬਿਲਕੁਲ ਜੀ, ਮੰਨ ਲਓ ਕਿ ਕੇਂਦਰ ਸਰਕਾਰ ਉਹ ਤੋਂ ਆਹ ਦੇਖੋ ਜੀ ਘੱਟੋ ਘੱਟ ਖਰੀਦ ਵਾਲਾ ਹੈਗਾ, ਹੁਣ ਜਿਹੜੀ ਖਰੀਦ ਹੈ ਕਹਿੰਦੇ ਤਾਂ ਜਾਰੀ ਰਹੂਗੀ, ਹੁਣ ਜਿਹੜੀ ਜਰੂਰ ਜਾਰੀ ਰਹੂਗੀ ਤਾਂ ਕਣਕ ਝੋਨਾ ਉਹ ਵੀ ਹਰਿਆਣਾ ਪੰਜਾਬ ਚ ਹੈ, ਇਹ ਕਾਹਦੀ ਜਾਰੀ ਹੈ ਜੇ ਪੰਜਾਬ ਦੀ ਮੱਕੀ ਹੈ 1850 ਰੇਟ ਬਣ ਜਾ, ਸਰਕਾਰ ਵਿਕਦੀ ਸੀ 100 ਜਾਂ ਵੱਧ ਤੋਂ ਵੱਧ 900 ਵਿਕੀ ਹੈ, ਇਹਨੂੰ ਅਸੀਂ ਘੱਟੋ ਘੱਟ ਖਰੀਦ ਕੀ ਮੰਨ ਲਈਏ। ਜੇ 22 ਫਸਲਾਂ ਦਾ ਭਾਅ ਸਰਕਾਰ ਬਣਦੀ ਹੈ, 22 ਫਸਲਾਂ ਨੂੰ ਖਰੀਦਣ ਦੀ ਜ਼ਿੰਮੇਵਾਰੀ ਲਵੇ ਜੇ ਵੀ ਜੇ ਉਦੋਂ ਰੇਟ ਘੱਟਦਾ, ਵਪਾਰੀਆਂ ਨੇ ਲੈਣਾ 1 ਰੁਪਿਆ 2 ਰੁਪਏ 4 ਰੁਪਏ ਵੱਧ ਲਾ ਕੇ ਲੈ ਲੈਣ, ਕੌਣ ਰੋਕਦਾ ਵਪਾਰੀ ਨੂੰ? ਅੱਗੇ ਅੱਗੇ ਬੰਦਾ ਨੀ ਕਰਿਆ ਵਪਾਰੀ ਵੀ ਭਾਈ, ਅੱਗੇ ਤਾਂ ਕੋਈ ਖਰੀਦ ਨਹੀਂ ਸੀ ਸਕਦੇ। ਬਿਲਕੁਲ ਬਿਲਕੁਲ। ਸਰਕਾਰ ਨੇ ਵਿੱਚੋਂ ਨਿਕਲ ਗਏ ਇਸ ਫੀਲਡ ਚੋਂ, ਉਹਨਾਂ ਨੂੰ ਖੁੱਲੀ ਛੁੱਟੀ ਦੇਣੀ ਵੀ ਜਿਹੜੇ ਭਾਅ ਮਰਜ਼ੀ ਲੁੱਟ ਲਓ, ਨਰਮਾ ਵੀ ਲੁੱਟਿਆ ਜਾਂਦਾ ਹੈ, ਮੱਕੀ ਲੁੱਟੀ ਗਈ ਹੈ, ਆਲੂ ਆਲੂ ਲੁੱਟੇ ਜਾਂਦੇ ਆ, ਟਮਾਟਰ ਆ ਜਾਂਦੀ, ਗੰਨਾ ਹੈ, ਸਾਰਿਆਂ ਦਾ ਬੁਰਾ ਹਾਲ ਹੈ ਜੀ। ਜੀ ਚੰਡਾ ਸਿੰਘ ਜੀ, ਇਹ ਦੱਸੋ ਜੇ ਮੰਨ ਲਓ ਕਿ ਇੱਕ ਅੱਧਾ ਕਾਨੂੰਨ ਇਹ ਰੱਦ ਕਰ ਦਿੰਦੇ ਨੇ ਤੇ ਬਾਕੀ ਨਹੀਂ ਕਰਦੇ, ਫਿਰ ਤੁਹਾਡੀ ਜਥੇਬੰਦੀ ਦਾ ਕੀ ਸਟੈਂਡ ਹੋਊਗਾ ਗ੍ਰਾਮ? ਸਾਡੀ ਇਕੱਲੀ ਤਾਂ ਨਹੀਂ, ਸਾਡੇ ਤੀਕਰ ਸਾਰਿਆਂ ਜਥੇਬੰਦੀ ਦਾ ਸਟੈਂਡ ਇਹ ਹੈ, ਇਹ ਜਿਹੜੇ 5 ਹੈ ਇਹ ਰੱਦ ਕਰਾਉਣੇ ਹੈ ਤੇ ਸੀਮਾ ਕਾਨੂੰਨ ਇਹਨਾਂ ਤੋਂ ਬਣਾਉਣਾ ਹੈ ਵੀ ਇਹ ਜੋ ਘੱਟੋ ਘੱਟ ਭਾਅ ਸਰਕਾਰ ਮਿਸਦੀ ਹੈ ਉਸ ਭਾਅ ਦੀ ਗਰੰਟੀ ਕਰੇ ਸਰਕਾਰ ਕਾਨੂੰਨ ਬਣਾ ਕੇ ਸਾਰੀਆਂ ਫਸਲਾਂ ਦਾ ਜੀ, ਉਹ ਚਾਚਿਆ ਜਾਊ ਉਸ ਰੇਟ ਤੇ। ਤੇ ਸਰਕਾਰੀ ਖਰੀਦ ਨਾਲ ਹੀ ਕਹਾਂ ਜਨਤਕ ਵੰਡ ਪ੍ਰਣਾਲੀ ਜੁੜੀ ਹੋਈ ਹੈ, ਜੇ ਸਰਕਾਰੀ ਖਰੀਦ ਹੋ ਫਿਰ ਜਨਤਕ ਵੰਡ ਪ੍ਰਣਾਲੀ ਰਹੂਗੀ। ਬਿਲਕੁਲ। ਜੇ ਸਰਕਾਰ ਨੇ ਖਰੀਦ ਨੀ ਕਰਨੀ ਫਿਰ ਜਨਤਕ ਵੰਡ ਪ੍ਰਣਾਲੀ ਕਿੱਥੋਂ ਰਹੇਗੀ ਜੀ? ਇਦੋਂ ਪਹਿਲਾਂ 18 ਚੀਜ਼ਾਂ ਦਿੰਦੇ ਹੁੰਦੇ ਸੀ ਇਹ ਜਿਹੜੀਆਂ, ਉਹਦੇ ਰਾਹੀਂ ਜਨਤਕ ਵੰਡ ਪ੍ਰਣਾਲੀ ਰਹੀ, ਹੁਣ ਕਣਕ ਤੇ ਜਾਂ ਦਾਲ ਰਹੇਗੀ ਜੀ, ਜਾਨੀ ਉਹ ਤੋਂ ਵੀ ਭੱਜਣ ਦਾ ਮਸਲਾ ਇਹ। ਬਿਲਕੁਲ। ਮੈਂ ਉਹੀ ਗੱਲ ਥੋੜਾ ਕਲੀਅਰ ਕਰਨਾ ਚਾਹੁੰਦਾ ਸੀ ਨਾ, ਤਾਂ ਕਿ ਦਰਸ਼ਕਾਂ ਨੂੰ ਪਤਾ ਚੱਲ ਸਕੇ ਬਈ ਤੁਹਾਡੀ ਜਥੇਬੰਦੀ ਜਿਹੜੀ ਹੈ, ਕਿਉਂਕਿ ਤੁਹਾਡੇ ਜਿਹੜੇ ਐਲਾਨ ਵੱਖਰੇ ਹੁੰਦੇ ਨੇ, ਤੁਹਾਡੇ ਪ੍ਰਦਰਸ਼ਨ ਵੱਖਰੇ ਹੁੰਦੇ ਨੇ, ਤੁਹਾਡੀ ਘੇਰਾਬੰਦੀ ਵੱਖਰੀ ਹੁੰਦੀ ਹੈ। ਜੇ ਮੰਨ ਲਓ ਕਿ ਬਾਕੀ ਜਥੇਬੰਦੀਆਂ ਮੰਨ ਗਈਆਂ ਕਿ ਚਲੋ ਇੱਕ ਅੱਧਾ ਬਿੱਲ ਰੱਦ ਹੋ ਰਿਹਾ, ਕੈਂਸਲ ਹੋ ਰਿਹਾ ਤੇ ਕਾਨੂੰਨ ਜਿਹੜਾ ਰੱਦ ਹੁੰਦਾ ਉਹਦੇ ਨਾਲ ਅਸੀਂ ਸਹਿਮਤ ਹਾਂ, ਤੇ ਤੁਹਾਡੀ ਜਥੇਬੰਦੀ ਦਾ ਕੀ ਐਕਸ਼ਨ ਹੋਏਗਾ ਫਿਰ? ਦੇਖੋ ਇਸ ਮੌਕੇ ਸਾਨੂੰ ਨਹੀਂ ਲੱਗਦੀ ਆਸ ਕੋਈ ਵੀ ਜਥੇਬੰਦੀ ਇਸ ਸਥਿਤੀ ਚ ਜਾਂ ਇਹ ਪਿੱਛੇ ਹਟ ਸਕਦੀ ਹੈ, ਸਾਰੇ ਜਥੇਬੰਦੀ ਸਰਬਸੰਮਤੀ ਨਾਲ ਹੈ ਜਿਹੜੀ ਇਦੋਂ ਹੁਣ ਪਹਿਲਾਂ ਮੀਟਿੰਗ ਹੋਈ ਹੈ, ਸਮਝ ਲਓ 5 ਨੂੰ ਸਾਰੇ ਜਥੇਬੰਦੀ ਨੇ ਕਿਹਾ ਵੀ ਤੁਸੀਂ ਉਸ ਤੇ ਗੱਲ ਕਰੋ, ਤੁਸੀਂ ਸੋਧਾਂ ਲਈ ਇਹਦੇ ਕੋਈ ਮਤਲਬ ਨਹੀਂ ਹੈਗਾ। ਉਹਨਾਂ ਨੇ ਸਾਡੀ ਨੇਤਾ ਸਾਰਿਆਂ ਨੇ ਜਿਹੜਾ ਮੌਣ ਧਾਰ ਕੇ ਕੁਰਸੀਆਂ ਤੇ ਮੈਕ ਤੋਂ ਪਿੱਛੇ ਕਰ ਲਿਆ 4-4 ਫੁੱਟ, ਉਹ 15-20 ਮਿੰਟ ਜ਼ੋਰ ਲਾਉਂਦੇ ਰਹੇ ਅੱਡੋ ਅੱਡੀ ਆਗੂਆਂ ਦਾ ਨਾਂ ਲੈ ਕੇ, ਕਿਤੇ ਰਾਜੇਵਾਲ ਜੀ, ਕਿਤੇ ਦਰਸ਼ਨਪਾਲ ਜੀ, ਕਿਤੇ ਗੁਰਨਾਮ ਸਿੰਘ ਜੀ, ਕਿਤੇ ਕੋਈ ਵੀ, ਜਦ ਕਿਸੇ ਨੇ ਹੰਗਾਰਾ ਨੀ ਭਰਿਆ। ਤੇ ਜਦੋਂ ਉਹ ਫਿਰ ਬੰਦ ਕਰਕੇ ਆਏ ਵੀ ਠੀਕ ਆ ਤੁਸੀਂ ਸੋਚੋ ਅਸੀਂ ਸੋਚ ਕੇ ਆਉਣੇ ਆ, ਬ੍ਰੇਕ ਪਾਤੀ, ਬ੍ਰੇਕ ਪਾ ਕੇ ਜਦੋਂ ਆਇਆ ਜੀ ਨੇ ਸਾਨੂੰ ਫਾਈਲਾਂ ਮੂਹਰੇ ਦਿੱਤੀਆਂ ਹੋਈਆਂ ਸੀ ਇਹਨਾਂ ਨੇ, ਟੋਟਲ ਨੇ ਉਹਨਾਂ ਫਾਈਲਾਂ ਤੇ ਲਿਖ ਲਿਆ ਵੀ ਹਾਂ ਜਾਂ ਨਾ ਚ ਜਵਾਬ ਦਿਓ, ਨੋ ਚਰਚਾ, ਚਰਚਾ ਕੋਈ ਨੀ। ਤੇ ਉਹ ਜਦੋਂ ਦੁਆਰੇ ਆਏ ਚਰਚਾ ਫਿਰ ਕਰ ਹੀ ਨੀ ਸਕੇ, ਦੁਆਰੇ ਆ ਕੇ ਉਹਨਾਂ ਨੇ ਇਹੀ ਕਿਹਾ ਫਿਰ ਇਹ ਮੇਰੇ ਤਾਂ ਬੱਸ ਦੀ ਗੱਲ ਨੀ ਹੈਗੀ ਜਿਹੜੇ ਕਾਨੂੰਨ ਵਾਪਸੀ ਦੀ ਹੈ, ਤੇ ਗੱਲ ਹੁਣ ਇੱਥੇ ਆ ਗਈ ਹੈ, ਇਹ ਅਸੀਂ ਦੂਜਿਆਂ ਨਾਲ ਰਾਏ ਕਰਾਂਗੇ। ਤੇ ਪਹਿਲਾਂ ਉਹ ਜਿਹਦੀ 7 ਨੂੰ ਵੀ 7 ਨੂੰ ਮੀਟਿੰਗ ਕਰ ਲਾਂਗੇ, ਇਧਰੋਂ ਕਿਹਾ ਗਿਆ ਵੀ ਤੁਸੀਂ ਜੋ ਮਰਜ਼ੀ ਇੱਕ ਅੱਧਾ ਦਿਨ ਲੈਣਾ ਹੋਰ ਲੈ ਲਓ, ਫਿਰ ਹੋਵੇ ਸਾਡੀ ਤਾਂ ਹਜੇ ਵਿਚਾਰ ਨਾਲ ਹੀ ਰਹਿੰਦੀ ਸੀ, ਆ ਤਾਂ ਪੂਰੀ ਨਹੀਂ ਹੋਈ ਵੀ ਰੋਜ਼ ਬਹਿਣੇ 7-7 ਘੰਟੇ, ਤੁਸੀਂ ਵੀ ਟਾਈਮ ਛੱਡਦੇ ਅਸੀਂ ਵੀ ਛੱਡਦੇ ਹਾਂ, ਤੇ ਲੋਕਾਂ ਨੂੰ ਐਵੇਂ ਵਾਧੂ ਦੀ ਝਾਕ ਜੀ ਬਣੀ ਪਈ ਆ ਵੀ ਹਾਂ ਸਾਹਮਣੇ ਕੁਛ ਹੋਊਗਾ ਕਰੂਗਾ, ਇਹਦਾ ਕੋਈ ਫਾਇਦਾ ਨੀ ਹੈਗਾ। ਤੇ ਅੱਜ ਦੀ ਮੀਟਿੰਗ ਨੂੰ ਕਿੱਦਾਂ ਦੇਖਦੇ ਹੋ ਕਿ ਪਹਿਲਾਂ ਕੋਈ ਨਾ ਕੋਈ ਤਿਆਰੀ ਨਾ ਕੁਝ, ਇੱਕੋ ਦਮ ਜਿਹੜੀ ਮੀਟਿੰਗ ਸੱਦ ਲੈਣਾ, ਕਿ ਭਾਰਤ ਬੰਦ ਦਾ ਜਿਹੜਾ ਉਹ ਕਿਤੇ ਨਾ ਕਿਤੇ ਫਿਕਰ ਪੈ ਗਿਆ ਕਿ ਇਹ ਕੁਝ ਹੈ? ਦੇਖੋ ਸਾਡੇ ਸਾਹਮਣੇ ਨਾਲ ਭਾਰਤ ਬੰਦ ਦਾ ਜਿਹੜਾ ਹੈਗਾ ਪੰਜਾਬ ਹੈ ਹਰਿਆਣਾ ਹੈ ਇਹ ਪੂਰਨ ਰੂਪ ਚ ਬੰਦ ਹੋਊਗਾ ਜੀ, ਤੇ ਬਹੁਤ ਸਾਰੀਆਂ ਸਟੇਟਾਂ ਉਹ ਬੰਦ ਹੋਣਗੀਆਂ ਜੀ। ਹੁਣ ਜਿੱਥੇ ਸਿੱਧੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜੀ, ਉੱਥੇ ਦਬਾਅ ਪ੍ਰੈਸ਼ਰ ਬਣਾ ਕੇ ਹੋ ਸਕਦਾ ਇਹ
ਉਸ ਕਿਸੇ ਦਾ ਬੰਦ ਨਾ ਹੋਣ ਦੇਵੇ, ਨਹੀਂ ਜਿਨ੍ਹਾਂ ਦੀ ਲੋਕ ਬੰਦ ਕਰਨ ਲਈ ਤਿਆਰ ਹੈ, ਇਹਨਾਂ ਦੇ ਦਬਾਅ ਤਾਂ ਹੈ ਤਾਂ ਕੋਈ ਗੱਲ ਰਹਿ ਜੇ ਵੱਖਰੀ ਮੈਂ ਗੱਲ ਹੈ। ਬੰਡਾ ਸਿੰਘ ਜੀ ਇਹ ਪੁੱਛ ਰਿਹਾ ਸੀ ਕਿ ਜਿਹੜੀ ਅੱਜ ਮੀਟਿੰਗ ਸੱਦੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ, ਉਹ ਕਿਸ ਪ੍ਰੈਸ਼ਰ ਅਧੀਨ, ਕਿ ਕਿਸਾਨਾਂ ਦਾ ਜਿਹੜਾ ਭਾਰਤ ਬੰਦ ਦਾ ਉਹਦੇ ਪ੍ਰੈਸ਼ਰ ਅਧੀਨ ਉਸ ਤੋਂ ਪਹਿਲਾਂ ਪਹਿਲਾਂ ਦੇਖੋ ਦੇਖੋ ਜਦੋਂ ਕੋਈ ਰਾਹ ਨਹੀਂ ਰਹਿ ਰਿਹਾ ਇਹਨਾਂ ਕੋਲੇ ਕਾਨੂੰਨ ਵਾਪਸ ਲੈਣ ਤੋਂ, ਇਹਦੇ ਬਾਵਜੂਦ ਕੋਸ਼ਿਸ਼ਾਂ ਕਰ ਰਿਹਾ ਵੀ ਕੋਈ ਮੋਰੀ ਨਿਕਲਦੀ ਹੈ, ਕੋਈ ਨਜਾਇਜ਼ ਬਣਦੀ ਹੈ, ਕਿਸੇ ਬੰਦੇ ਨੂੰ ਚੋਣ ਦਾ ਸਵਾਲ ਹੈ ਜੇ ਕਹਿਣਾ ਹੋਵੇ ਤਾਂ। ਜੀ, ਕੱਲ ਦੀ ਮੀਟਿੰਗ ਤੋਂ ਆਸ ਹੈਗੀ ਹੈ ਕਿ ਕਿਸੇ ਲੱਗੂ ਕਿਸੇ ਪੱਤਰ? ਹਜੇ ਸਾਨੂੰ ਕੋਈ ਆਸ ਨਹੀਂ ਵੀ ਇਹ ਕੋਈ ਨਾਂ ਵਾਲੀ ਜਿਹਦਾ ਨਿਬੇੜਾ ਹੋ ਜਾਣਾ। ਜੀ ਹਾਂ, ਨਾਲ ਚ ਕੋਈ ਨਿਬੇੜਾ ਨੀ ਹੋਣਾ। ਜੀ ਜੀ, ਉਹ ਹੈਗੀ ਵੀ ਜਿਹੜੀ ਚਰਚਾ ਵਾਲੀ ਗੱਲ ਸੀਗੀ, ਚਾਹ ਸੋਧ ਕਰ ਲੋ, ਹੋਰ ਦੱਸੋ ਕਿਹੜੀ ਸੋਧ ਕਰਨੀ ਹੈ। ਜੀ, ਉਹ ਬਹਿਸ ਨੀ ਘੱਟੋ ਘੱਟ ਛਿੜੂਗੀ ਉੱਥੇ। ਜੀ, ਉਦੋਂ ਗਾਹਾਂ ਕਦਮ ਗਾਹਾਂ ਗੱਲ ਤਾਂ ਵੱਧ ਗਈ। ਜੀ ਹਾਂਜੀ ਜੀ, ਸ਼ੁਕਰੀਆ, ਧੰਨਵਾਦ ਚੰਡਾ ਸਿੰਘ ਜੀ।